Good morning to all of you. Now we will start our writing task 1, and task 1 is: the charts below show the average percentage in typical meals of 3 type of nutrients, all of which may be unhealthy if eaten too much. Hence rajee sade kol 3 pie chart mention kite hoye aa, inna de vich meals mention kiti hoyi aa rajee, time to time khana jivein breakfast meal, dinner, lunch and snacks. ਜਿਵੇਂ ਰਾਜੇ ਇਹਨਾਂ ਦੱਸਿਆ ਹੈ ਬ੍ਰੇਕਫਾਸਟ ਦੇ ਟਾਈਮ ਕਿੰਨੇ ਪਰਸੈਂਟ ਸੋਡੀਅਮ ਕੰਜ਼ਿਊਮ ਕੀਤਾ ਜਾਂਦਾ ਲੋਕਾਂ ਦੁਆਰਾ ਬ੍ਰੇਕਫਾਸਟ ਦੇ ਵਿੱਚ. ਠੀਕ ਹੈ, ਜਿਵੇਂ ਬ੍ਰੇਕਫਾਸਟ ਦੇ ਵਿੱਚ 14% ਸੋਡੀਅਮ ਕੰਜ਼ਿਊਮ ਕੀਤਾ ਜਾਂਦਾ, ਜਦੋਂ ਕਿ 16% ਸੈਚੂਰੇਟਡ ਫੈਟ ਹੁੰਦੀ ਹੈ ਬ੍ਰੇਕਫਾਸਟ 'ਚ, ਐਂਡ 16% ਐਡਡ ਸ਼ੂਗਰ ਹੁੰਦਾ ਆ. 43% ਕਿਹਦਾ ਡੇਟਾ ਹੈ, ਇਹਨਾਂ ਨੇ ਦੱਸਿਆ ਡਿਨਰ ਦਾ. ਡਿਨਰ ਦੇ ਵਿੱਚ 43% ਸੋਡੀਅਮ ਕੰਜ਼ਿਊਮ ਕਰਦੇ ਆ ਲੋਕ, ਅਤੇ 37% ਸੈਚੂਰੇਟਡ ਫੈਟ ਐਂਡ 23% ਐਡਡ ਸ਼ੂਗਰ ਹੁੰਦੀ ਹੈ ਉਹਨਾਂ ਦੇ ਮੀਲ ਦੇ ਵਿੱਚ. ਠੀਕ ਹੈ ਰਾਜੇ, ਇਹ ਸੀ ਆਪਣਾ ਟਾਸਕ ਕਿ ਕਿਹੜੇ ਟਾਈਪ ਦੇ ਖਾਣੇ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਕਿੰਨਾ ਸੋਡੀਅਮ ਹੁੰਦਾ ਹੈ, ਕਿੰਨਾ ਸੈਚੂਰੇਟਡ ਫੈਟ ਹੁੰਦੀ ਹੈ ਅਤੇ ਕਿੰਨਾ ਐਡਡ ਸ਼ੂਗਰ ਹੁੰਦਾ ਆ. ਠੀਕ ਹੈ ਜੀ, ਜਿਵੇਂ ਹੁਣ ਆਪਾਂ ਦੇਖਦੇ ਹਾਂ ਡਿਨਰ ਦੇ ਵਿੱਚ ਕਿੰਨਾ ਰਾਜੇ, 43% ਸੋਡੀਅਮ ਕੰਜ਼ਿਊਮ ਕਰਦੇ ਆ, ਅਤੇ ਹੋਰ ਆਪਾਂ ਮੈਕਸੀਮਮ ਲੈ ਲੈਂਦੇ ਹਾਂ ਇੱਕ ਸਨੈਕਸ ਦਾ ਦੇਖ ਲੈਂਦੇ ਹਾਂ 42%. ਦੋਵੇਂ ਸੇਮ ਨੇ ਨਾ, ਡਿਨਰ ਇੱਥੇ ਡਿਨਰ ਦੇ ਵਿੱਚ ਲੈਂਦੇ ਨੇ 43% ਸੋਡੀਅਮ ਐਂਡ ਐਡਡ ਸ਼ੂਗਰ ਲੈਂਦੇ ਨੇ ਸਨੈਕਸ ਦੇ ਟਾਈਮ 42%. ਅਸੀਂ ਲਿਖ ਸਕਦੇ ਹਾਂ ਡਿਨਰ ਐਂਡ ਸਨੈਕਸ ਹੈਡ ਦ ਲਾਰਜਸਟ ਪ੍ਰਪੋਰਸ਼ਨ ਆਫ ਬੋਥ ਸੋਡੀਅਮ ਐਂਡ ਐਡਡ ਸ਼ੂਗਰ. ਠੀਕ ਹੈ ਰਾਜੇ, ਹੁਣ ਅਸੀਂ ਦੇਖਦੇ ਹਾਂ ਸੋਡੀਅਮ ਬ੍ਰੇਕਫਾਸਟ ਸੋਡੀਅਮ ਹੈ ਰਾਜੇ ਜਿਹੜਾ, ਇਹ 14% ਹੀ ਸਨੈਕਸ ਦੇ ਟਾਈਮ ਲਿਆ ਜਾਂਦਾ, ਅਤੇ ਬ੍ਰੇਕਫਾਸਟ ਦੇ ਟਾਈਮ ਵੀ 14% ਸੋਡੀਅਮ ਹੀ ਕੰਜ਼ਿਊਮ ਕੀਤਾ ਜਾਂਦਾ. ਲਿਖ ਸਕਦੇ ਹਾਂ ਲੈਵਲ ਆਫ ਸੋਡੀਅਮ ਵਾਸ ਸੇਮ ਫੋਰ ਬ੍ਰੇਕਫਾਸਟ ਐਂਡ ਸਨੈਕਸ ਐਟ 14%, ਕਿ ਦੋਵਾਂ ਦਾ ਲੈਵਲ ਸੇਮ ਹੈ ਸੋਡੀਅਮ ਦਾ ਬ੍ਰੇਕਫਾਸਟ ਦੇ ਵਿੱਚ ਵੀ ਅਤੇ ਸਨੈਕਸ ਦੇ ਵਿੱਚ ਵੀ. ਠੀਕ ਹੈ ਰਾਜੇ, ਫਿਰ 42% ਆਫ ਸ਼ੂਗਰ, ਐਡਡ ਸ਼ੂਗਰ ਕਹਿ ਸਕਦੇ ਹਾਂ, 42% ਆਫ ਸ਼ੂਗਰ ਵਾਸ ਕੰਜ਼ਿਊਮਡ ਫਰੋਮ ਸਨੈਕਸ. ਠੀਕ ਹੈ ਜੀ, ਕਿ ਸ਼ੂਗਰ ਹੈ ਜਿਹੜਾ ਉਹ 42% ਕੰਜ਼ਿਊਮ ਕੀਤਾ ਜਾਂਦਾ ਸਨੈਕਸ ਦੇ ਦੌਰਾਨ, ਜਦੋਂ ਸਨੈਕਸ ਲੈਂਦੇ ਨੇ. ਠੀਕ ਹੈ ਰਾਜੇ, ਇਹ ਸੀ ਆਪਣਾ ਟਾਸਕ. ਪਾਈ ਚਾਰਟ ਮੈਂਸ਼ਨ ਕੀਤੇ ਹੋਇਆ ਸੋਡੀਅਮ ਸੈਚੂਰੇਟਡ ਫੈਟ ਐਂਡ ਸ਼ੂਗਰ, ਕਿ ਸੋਡੀਅਮ ਕਿਹੜੇ ਟਾਈਪ ਦੇ ਮੀਲ ਦੇ ਵਿੱਚ ਕਿੰਨਾ ਸੋਡੀਅਮ ਕੰਜ਼ਿਊਮ ਕਰਦੇ ਨੇ ਲੋਕ, ਕਿੰਨਾ ਸੈਚੂਰੇਟਡ ਫੈਟ ਐਂਡ ਕਿੰਨਾ ਐਡਡ ਸ਼ੂਗਰ. ਠੀਕ ਹੈ ਰਾਜੇ, ਹਾਂਜੀ, ਹੁਣ ਅਸੀਂ ਦੇਖਦੇ ਹਾਂ ਟਾਸਕ 2. Task 2 is, some people believe that it is best to accept a bad situation such as an unsatisfactory job or shortage of money. Others argue that it is better to try and improve such situations. Discuss both these views and give your own opinion. ਹਾਂਜੀ ਰਾਜੇ, ਇਹਨਾਂ ਨੇ ਕੀ ਦੱਸਿਆ ਹੋਇਆ ਸਾਨੂੰ, ਕਹਿੰਦੇ ਕੁਛ ਲੋਕ ਨੇ ਰਾਜੇ ਜਿਹੜੇ ਇਹ ਸੋਚਦੇ ਨੇ ਕਿ ਸਾਨੂੰ ਜਿਹੜੇ ਬੈਡ ਸਿਚੁਏਸ਼ਨਸ ਹੁੰਦੀਆਂ, ਬੈਡ ਸਰਕਮਸਟਾਂਸਿਸ ਨੇ, ਉਹਨਾਂ ਨੂੰ ਅਸੈਪਟ ਕਰ ਲੈਣਾ ਹੀ ਬੈਸਟ ਹੈ. ਜਿਵੇਂ ਅਨਸੈਟਿਸਫੈਕਟਰੀ ਜੋਬ ਹੋਏ ਜਾਂ ਫਿਰ ਸ਼ੋਰਟੇਜ ਆਫ ਮਨੀ ਹੋਏ, ਜੇ ਸਾਡੇ ਕੋਲ ਅਸੀਂ ਸਾਡੀ ਜੋਬ ਤੋਂ ਸੈਟਿਸਫਾਈ ਨਹੀਂ ਜਾਂ ਸਾਡੇ ਕੋਲ ਘੱਟ ਮਨੀ ਹੈ, ਤਾਂ ਉਹੋ ਜਿਹੀ ਸਿਚੁਏਸ਼ਨ ਨੂੰ ਸਾਨੂੰ ਕਹਿੰਦੇ ਅਸੈਪਟ ਕਰ ਲੈਣਾ ਚਾਹੀਦਾ. ਠੀਕ ਹੈ, ਉਹਦੇ ਕੀ ਰੀਜ਼ਨ ਨੇ. ਅਤੇ ਦੂਜੇ ਲੋਕ ਕਹਿੰਦੇ ਨੇ ਕਿ ਇਟ ਇਜ਼ ਬੈਟਰ ਟੂ ਟਰਾਈ ਐਂਡ ਇੰਪਰੂਵ ਸੱਚ ਸਿਚੁਏਸ਼ਨਸ. ਕੁਛ ਲੋਕ ਕਹਿੰਦੇ ਰਾਜੇ ਕਿ ਉਹਨਾਂ ਨੂੰ ਅਸੈਪਟ ਨਹੀਂ ਕਰਨਾ ਚਾਹੀਦਾ, ਸਗੋਂ ਆਪਣਾ ਟਰਾਈ ਬੈਸਟ ਟਰਾਈ ਦਿਓ ਅਤੇ ਇੰਪਰੂਵ ਕਰੋ ਇਹੋ ਜਿਹੀਆਂ ਸਿਚੁਏਸ਼ਨਸ ਨੂੰ. ਹਾਂਜੀ, ਹੁਣ ਡਿਸਕਸ ਬੋਥ ਦੀਜ਼ ਵਿਊਜ਼. ਹਾਂਜੀ, ਫਸਟ ਬੀਪੀ ਦੇ ਵਿੱਚ ਰਾਜੇ ਪਹਿਲਾਂ ਤਾਂ ਥੀਸਿਸ ਸਟੇਟਮੈਂਟ ਦੇ ਵਿੱਚ ਲਿਖਾਂਗੇ, ਦਿਸ ਐਸੇ ਵਿਲ ਡਿਸਕਸ ਦੀਜ਼ 2 ਵਿਊਜ਼ ਇਨ ਅਪਕਮਿੰਗ ਪੈਰਾਗ੍ਰਾਫਸ. ਫਿਰ BP1 ਦੇ ਵਿੱਚ ਰਾਜੇ ਅਸੀਂ ਲਿਖਾਂਗੇ ਕਿ ਬੈਡ ਸਰਕਮਸਟਾਂਸਿਸ ਨੇ, ਜਿਹੜੀਆਂ ਸਿਚੁਏਸ਼ਨਸ ਨੇ, ਉਹਨਾਂ ਨੂੰ ਅਸੈਪਟ ਕਿਉਂ ਕਰਨਾ ਚਾਹੀਦਾ. ਸੈਕਿੰਡ BP ਦੇ ਵਿੱਚ ਲਿਖਾਂਗੇ ਕਿ ਕਿਉਂ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਅਤੇ ਇੰਪਰੂਵ ਕਰਨਾ ਚਾਹੀਦਾ ਇਹੋ ਜਿਹੀਆਂ ਸਿਚੁਏਸ਼ਨਸ ਨੂੰ. ਠੀਕ ਹੈ ਰਾਜੇ, ਕੰਕਲੂਜ਼ਨ ਦੇ ਵਿੱਚ ਦੋਵਾਂ ਦੇ ਵਿੱਚੋਂ ਇੱਕ ਸਾਈਡ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਕਿਹੜੀ ਬੈਸਟ ਹੈ. ਠੀਕ ਹੈ, ਜਿਵੇਂ ਆਈ ਓਪਾਈਨ ਦੈਟ ਦਿਸ ਸਿਚੁਏਸ਼ਨ ਸ਼ੁੱਡ ਬੀ ਚੇਂਜਡ ਔਰ ਨੋਟ. ਠੀਕ ਹੈ, ਜੋ ਵੀ ਤੁਹਾਨੂੰ ਲੱਗਦਾ. ਹਾਂਜੀ, ਹੁਣ ਰਾਜੇ ਆਪਾਂ ਨੂੰ ਉਹਨਾਂ ਨੂੰ ਅਸੈਪਟ ਕਿਉਂ ਕਰਨਾ ਚਾਹੀਦਾ ਇਹੋ ਜਿਹੀਆਂ ਸਿਚੁਏਸ਼ਨਸ ਨੂੰ, ਕਿਉਂਕਿ ਪੀਪਲ ਕੈਨ ਨੋਟ ਅਵੋਇਡ ਬੈਡ ਸਰਕਮਸਟਾਂਸਿਸ, ਕਿਉਂਕਿ ਰਾਜੇ ਅਵੋਇਡ ਨਹੀਂ ਕਰ ਸਕਦੇ. ਸੋ ਇਟ ਇਜ਼ ਬੈਸਟ ਟੂ ਅਸੈਪਟ ਦੀਜ਼ ਸਿਚੁਏਸ਼ਨਸ, ਔਰ ਇਟ ਇਜ਼ ਬੈਸਟ ਟੂ ਅਸੈਪਟ ਰਿਐਲਿਟੀ, ਕਿ ਉਹਨਾਂ ਨੂੰ ਰਾਜੇ ਕੀ ਹੋਣਾ ਚਾਹੀਦਾ ਕਿ ਉਹ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਜਾਂ ਫਿਰ ਉਹਨੂੰ ਅਵੋਇਡ ਹੀ ਨਹੀਂ ਕਰ ਸਕਦੇ. ਸੋ ਉਹਨਾਂ ਨੂੰ ਬੈਸਟ ਹੈ ਇਹ ਕਿ ਉਹ ਅਸੈਪਟ ਕਰ ਲੈਣ ਇਹੋ ਜਿਹੀ ਰਿਐਲਿਟੀ ਨੂੰ ਜੋ ਵੀ ਹੈ.
ਇੱਕ ਲਿਖ ਸਕਦੇ ਹਾਂ ਰਜੇ ਅਸੈਪਟੈਂਸ ਆਫ ਦੀਜ ਫੈਕਟ ਵਿਲ ਮੇਕ ਦੈਮ ਫੀਲ ਮੋਰ ਸੈਟਿਸਫਾਈਡ ਵਿਦ ਦੇਅਰ ਲਾਈਫ ਕਿ ਰਜੇ ਕੀ ਹੋ ਸਕਦਾ ਕਿ ਜਦੋਂ ਉਹ ਇਹੋ ਜਿਹੇ ਫੈਕਟ ਨੇ ਜਿਹੜੇ ਉਹਨਾਂ ਦੀ ਲਾਈਫ ਦੇ ਵਿੱਚ ਸਰਕਮਸਟਾਂਸਿਸ ਆਉਂਦੇ ਨੇ ਜਦੋਂ ਉਹਨਾਂ ਨੂੰ ਅਸੈਪਟ ਕਰ ਲੈਣਗੇ ਤਾਂ ਉਹ ਆਪਣੇ ਆਪ ਦੇ ਵਿੱਚ ਸੈਟਿਸਫਾਈਡ ਹੋ ਜਾਣਗੇ ਕਿ ਹੋਰ ਅਸੀਂ ਹੋਰ ਕਿਤੇ ਧਿਆਨ ਹੀ ਨਹੀਂ ਦੇਣਗੇ ਠੀਕ ਹੈ ਉਹਨਾਂ ਨੂੰ ਪਤਾ ਲੱਗ ਜੂ ਕਿ ਹਾਂ ਅਸੀਂ ਜੋ ਵੀ ਸਾਡੇ ਸਰਕਮਸਟਾਂਸਿਸ ਨੇ ਅਸੀਂ ਅਸੈਪਟ ਕਰ ਲਿਆ ਸੋ ਵੀ ਆਰ ਸੈਟਿਸਫਾਈਡ ਵਿਦ ਦਿਸ ਠੀਕ ਹੈ ਸੋ ਉਹਦੇ ਨਾਲ ਸੈਟਿਸਫਾਈਡ ਹੋ ਜਾਣਗੇ ਇੱਕ ਹੋਰ ਲਿਖ ਸਕਦੇ ਹਾਂ ਰਾਜੇ ਕਿ ਜ਼ਰੂਰੀ ਨਹੀਂ ਕਿ ਉਹ ਉਹਦੇ ਆਪਣੀ ਉਸ ਜੋਬ ਤੋਂ ਜੇ ਸੈਟਿਸਫਾਈਡ ਨਹੀਂ ਜੇ ਉਹ ਕਿਤੇ ਉਹਨੂੰ ਛੱਡ ਕੇ ਲੀਵ ਕਰਕੇ ਕਿਤੇ ਹੋਰ ਜਾ ਰਹੇ ਨੇ ਤਾਂ ਉਹ ਜੋਬ ਉਹਨਾਂ ਦੇ ਲਈ ਬੈਨੀਫਿਸ਼ੀਅਲ ਹੀ ਹੋਊ ਜਾਂ ਫਿਰ ਉੱਥੇ ਉਹ ਸੈਟਿਸਫਾਈਡ ਹੀ ਹੋਣਗੇ ਸੋ ਇਟ ਇਜ਼ ਵੈਰੀ ਡਿਫੀਕਲਟ ਟੂ ਸੇ ਦੈਟ ਅ ਨਿਊ ਜੋਬ ਵਿਲ ਬੀ ਸੈਟਿਸਫਾਈਡ ਐਂਡ ਇੰਪਰੂਵ ਫਾਈਨੈਂਸ਼ੀਅਲ ਕੰਡੀਸ਼ਨਸ ਇਹ ਬਹੁਤ ਜ਼ਰੂਰੀ ਨਹੀਂ ਰਜੇ ਜਾਂ ਉਹ ਕਹਿ ਨਹੀਂ ਸਕਦੇ ਕਿ ਉਹ ਵਧੀਆ ਹੋਊ ਅਤੇ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨਸ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਇੰਪਰੂਵ ਕਰੂਗੀ ਹੀ ਕਰੂਗੀ ਸੋ ਇਟ ਇਜ਼ ਬੈਟਰ ਟੂ ਅਸੈਪਟ ਕਰੰਟ ਸਿਚੁਏਸ਼ਨ ਜੋ ਵੀ ਉਹਨਾਂ ਦੀ ਸਿਚੁਏਸ਼ਨ ਹੈ ਸੋ ਉਹਨਾਂ ਨੂੰ ਉਹਨੂੰ ਅਸੈਪਟ ਕਰਨਾ ਹੀ ਬੈਨੀਫਿਸ਼ੀਅਲ ਹੋਊਗਾ ਠੀਕ ਹੈ ਰਜੇ ਕੋਈ ਵੀ ਐਗਜ਼ਾਮਪਲ ਦੇ ਸਕਦੇ ਹੋ ਇਹਦੇ ਰਿਲੇਟਡ ਕਿ 40% ਇੱਕ USA ਨੇ ਰਿਸਰਚ ਕੀਤੀ ਜਿਹਦੇ ਵਿੱਚ ਸ਼ੋ ਕੀਤਾ ਗਿਆ ਕਿ 40% ਜਿਹੜੇ ਪੀਪਲ ਨੇ ਉਹਨਾਂ ਨੇ ਜਿਨ੍ਹਾਂ ਨੇ ਆਪਣੀ ਜੋਬ ਚੇਂਜ ਕੀਤੀ ਅਤੇ ਜਦੋਂ ਉਹਨਾਂ ਨੇ ਆਪਣੀ ਵਰਕਿੰਗ ਕੰਡੀਸ਼ਨਸ ਤੋਂ ਸੋ ਜਦੋਂ ਉਹਨਾਂ ਨੇ ਜੋਬ ਕੀਤੀ ਤਾਂ ਚੇਂਜ ਕੀਤੀ ਕਿ ਅਸੀਂ ਹੋਰ ਕਿਤੇ ਜੋਬ ਲੱਗਾਂਗੇ ਤਾਂ ਨਾ ਹੀ ਉਹਨਾਂ ਨੂੰ ਹੋਰ ਕਿਤੇ ਜੋਬ ਮਿਲੀ ਅਤੇ ਨਾ ਹੀ ਉਹਨਾਂ ਦੀਆਂ ਕੰਡੀਸ਼ਨਸ ਸੀ ਇੰਪਰੂਵ ਹੋਈਆਂ ਠੀਕ ਹੈ ਉਹਨਾਂ ਦੀ ਮਨੀ ਜਿਹੜਾ ਅਰਨਿੰਗ ਸੀ ਉਹਨਾਂ ਦੀ ਕੰਪਲੀਟ ਨਹੀਂ ਹੋਈਆਂ ਠੀਕ ਹੈ ਜੀ ਇਹ ਲਿਖ ਸਕਦੇ ਹੋ ਤੁਸੀਂ ਕਿ ਫੋਰ ਐਗਜ਼ਾਮਪਲ 40% ਆਫ ਪੀਪਲ ਹੂ ਚੇਂਜਡ ਦੇਅਰ ਵਰਕ ਬਿਕੋਜ਼ ਆਫ ਵਰਕਿੰਗ ਕੰਡੀਸ਼ਨਸ ਐਂਡ ਲੈਕ ਆਫ ਮਨੀ ਵਰ ਨੋਟ ਏਬਲ ਟੂ ਗੈਟ ਐਨੀ ਆਫ ਦੀਜ਼ ਕਿ ਨਾ ਹੀ ਉਹਨਾਂ ਨੂੰ ਚੰਗਾ ਕੰਮ ਮਿਲਿਆ ਕਿਤੇ ਅਤੇ ਨਾ ਹੀ ਉਹਨਾਂ ਦੀਆਂ ਕੰਡੀਸ਼ਨਸ ਸੀ ਫਾਈਨੈਂਸ਼ੀਅਲੀ ਉਹ ਇੰਪਰੂਵ ਹੋਈਆਂ ਠੀਕ ਹੈ ਰਜੇ ਜਾਂ ਫਿਰ ਲਿਖ ਸਕਦੇ ਹਾਂ ਅਸੀਂ ਕਿ ਜੇ ਰਜੇ ਉਹ ਆਪਣੀ ਰਿਐਲਿਟੀ ਨੂੰ ਅਸੈਪਟ ਨਹੀਂ ਕਰਨਗੇ ਬੈਡ ਸਰਕਮਸਟਾਂਸਿਸ ਨੂੰ ਅਸੈਪਟ ਨਹੀਂ ਕਰਨਗੇ ਤਾਂ ਉਹਨਾਂ ਨੂੰ ਅਨਨੈਸੈਸਰੀ ਸਟ੍ਰੈਸ ਰਹੂਗਾ ਮਾਇੰਡ 'ਤੇ ਕਿਉਂਕਿ ਉਹ ਖੁਸ਼ ਹੋ ਕੇ ਕੰਮ ਵੀ ਨਹੀਂ ਕਰ ਰਹੇ ਅਤੇ ਵਰਕਲੋਡ ਵੀ ਉਹਨਾਂ 'ਤੇ ਹੈ ਸੋ ਉਹ ਕੀ ਹੋਊਗਾ ਰਜੇ ਉਹਨਾਂ ਦਾ ਜਿਹੜਾ ਅਨਨੈਸੈਸਰੀ ਸਟ੍ਰੈਸ ਆ ਉਹਨਾਂ ਨੂੰ ਕੀ ਕਰੂ ਉਹਨਾਂ ਦੇ ਮੂਡ ਨੂੰ ਖਰਾਬ ਕਰੂ ਅਤੇ ਹੋਰ ਬਹੁਤ ਸਾਰੀਆਂ ਡਿਜ਼ੀਜ਼ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਉਹ ਸ਼ਿਕਾਰ ਹੋ ਸਕਦੇ ਨੇ ਸੋ ਦੀਜ਼ ਆਰ ਦਾ ਰੀਜ਼ਨਸ ਕਿ ਕਿਉਂ ਉਹਨਾਂ ਨੂੰ ਬੈਡ ਸਰਕਮਸਟਾਂਸਿਸ ਨੂੰ ਅਸੈਪਟ ਕਰਨਾ ਚਾਹੀਦਾ ਸੋ ਓਪੋਜ਼ਿਟ ਸਾਈਡ ਕਿ ਕਿਉਂ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਰਜੇ ਉਹਨਾਂ ਸਰਕਮਸਟਾਂਸਿਸ ਨੂੰ ਇੰਪਰੂਵ ਕਰਨ ਦੇ ਲਈ ਇੱਕ ਤਾਂ ਅਸੀਂ ਲਿਖ ਸਕਦੇ ਹਾਂ ਰਜੇ ਦੇ ਕੈਨ ਲਰਨ ਨਿਊ ਸਕਿੱਲਸ ਕਿ ਰਜੋ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਇੰਪਰੂਵ ਕਰਨ ਦੇ ਲਈ ਐਫਰਟਸ ਲਗਾਊਗਾ ਕਿ ਅਸੀਂ ਇਹ ਚੀਜ਼ ਬੈਸਟ ਕਰਨੀ ਹੈ ਸਾਨੂੰ ਇਹ ਸਰਕਮਸਟਾਂਸਿਸ ਨੇ ਜਿਹੜੇ ਨਹੀਂ ਮਨਜ਼ੂਰ ਅਸੀਂ ਇਹ ਸਰਕਮਸਟਾਂਸਿਸ ਦੇ ਵਿੱਚ ਨਹੀਂ ਰਹਿ ਸਕਦੇ ਤਾਂ ਉਹ ਕੀ ਕਰਨਗੇ ਨਵਾਂ ਕੁਛ ਕਰਨ ਦਾ ਟਰਾਈ ਕਰਨਗੇ ਚਾਹੇ ਉਹ ਫੇਲ ਹੋਣ ਚਾਹੇ ਸਕਸੈਸ ਹੋਣ ਪਰ ਉਹਨਾਂ ਨੂੰ ਇੱਕ ਨਵਾਂ ਐਕਸਪੀਰੀਅੰਸ ਹੋਊਗਾ ਠੀਕ ਹੈ ਨਵੇਂ ਇਹਦੇ ਵਿੱਚ ਕੰਮ ਕਰਦੇ ਉਹ ਨਿਊ ਸਕਿੱਲਸ ਹੋਣਗੇ ਜਾਂ ਨਵਾਂ ਐਕਸਪੀਰੀਅੰਸ ਉਹ ਗੇਨ ਕਰਦੇ ਰਹਿਣਗੇ ਠੀਕ ਹੈ ਇੱਕ ਦੇ ਕੈਨ ਬਿਲਡ ਕੋਨਫੀਡੈਂਸ ਲੈਵਲ ਕਿ ਜਦੋਂ ਰਜੇ ਕੋਈ ਵੀ ਬੰਦਾ ਕੁਛ ਵੀ ਕਰਨ ਲਈ ਟਰਾਈ ਕਰਦਾ ਹੋਰ ਟਰਾਈ ਕਰਦਾ ਤਾਂ ਉਹਨਾਂ ਦਾ ਜਿਹੜਾ ਕੋਨਫੀਡੈਂਸ ਲੈਵਲ ਆ ਉਹ ਹੋਰ ਵਧੀਆ ਹੁੰਦਾ ਜਾਂਦਾ ਠੀਕ ਹੈ ਅਸੀਂ ਲਿਖ ਸਕਦੇ ਹਾਂ ਇੱਕ ਰਜੇ ਕਿ ਉਹ ਆਪਣਾ ਜਿਹੜਾ ਉਹਨਾਂ ਦਾ ਪੋਜ਼ਿਟਿਵ ਐਟੀਟਿਊਡ ਆ ਉਹ ਡੈਵਲਪ ਹੋ ਉਹਨਾਂ ਦਾ ਆਪਣੇ ਆਪ ਦੇ ਅੰਦਰ ਉਹ ਉਹਨਾਂ ਨੂੰ ਪਤਾ ਅਸੀਂ ਕੁਛ ਕਰ ਸਕਦੇ ਹਾਂ ਜੇ ਉਹ ਆਪਣੇ ਸਰਕਮਸਟਾਂਸਿਸ ਨੂੰ ਚੇਂਜ ਕਰ ਲੈਂਦੇ ਨੇ ਤਾਂ ਉਹਨਾਂ ਦੇ ਅੰਦਰ ਇੱਕ ਪੋਜ਼ਿਟਿਵ ਐਟੀਟਿਊਡ ਹੋਊ ਕਿ ਅਸੀਂ ਡਿਸੀਜ਼ਨ ਮੇਕਰ ਹਾਂ ਅਸੀਂ ਕਿਸੇ ਵੀ ਸਰਕਮਸਟਾਂਸਿਸ ਨੂੰ ਉਵੇਂ ਨਹੀਂ ਰਹਿੰਦੇ ਜਿਵੇਂ ਅਸੀਂ ਚਾਹੁੰਦੇ ਹਾਂ ਅਸੀਂ ਉਸ ਚੀਜ਼ ਨੂੰ ਉੱਦਾਂ ਚੇਂਜ ਕਰ ਲੈਂਦੇ ਹਾਂ ਸੋ ਦੇ ਕੈਨ ਬਿਲਡ ਦੇਅਰ ਪੋਜ਼ਿਟਿਵ ਐਟੀਟਿਊਡ ਅਤੇ ਜੇ ਰਜੇ ਉਹ ਕੋਈ ਵੀ ਕਿਸੇ ਚੀਜ਼ ਦੇ ਲਈ ਆਪਣਾ ਪੋਜ਼ਿਟਿਵ ਜਾਂ ਫਿਰ ਉਹਦਾ ਸਲਿਊਸ਼ਨ ਪ੍ਰੋਬਲਮ ਦਾ ਸਲਿਊਸ਼ਨ ਲੱਭਣ ਦੇ ਲਈ ਟਰਾਈ ਕਰਦੇ ਨੇ ਉਹਦੇ 'ਤੇ ਫੋਕਸ ਕਰਦੇ ਨੇ ਤਾਂ ਫਿਰ ਕੀ ਹੋਊ ਰਜੇ ਜਿਹੜਾ ਉਹਨਾਂ ਦੇ ਨੈਗੇਟਿਵ ਥੋਟਸ ਹੋਣਗੇ ਨੈਗੇਟਿਵ ਇਮੋਸ਼ਨ ਹੋਣਗੇ ਖਰਾਬ ਮੂਡ ਹੋਊ ਉਹ ਉਹਨਾਂ ਤੋਂ ਡਾਇਵਰਟ ਹੋ ਜਾਣਗੇ ਉਹਨਾਂ ਦਾ ਜਿਹੜਾ ਮੂਡ ਆ ਉਹ ਸਿਰਫ ਫੋਕਸ ਹੋਊਗਾ ਫੋਕਸਿੰਗ ਔਨ ਸਲਿਊਸ਼ਨਸ ਕੈਨ ਡਾਇਵਰਟ ਸਮ ਆਫ ਦੇਅਰ ਨੈਗੇਟਿਵ ਇਮੋਸ਼ਨਸ ਕਿ ਰਜੇ ਉਹਨਾਂ ਦਾ ਜਿਹੜਾ ਸਾਰਾ ਧਿਆਨ ਹੋਊ ਉਹ ਪੋਜ਼ਿਟਿਵ ਜਾਂ ਚੀਜ਼ਾਂ ਨੂੰ ਹੈਂਡਲ ਕਰਨ 'ਤੇ ਹੋਰ ਇਧਰ ਦੈਨ ਕਿ ਉਹਨਾਂ 'ਤੇ ਬੈਠ ਕੇ ਉਦਾਸ ਹੋਣ ਤੋਂ ਠੀਕ ਹੈ ਰਜੇ ਇਹ ਦੋਵਾਂ ਦੇ ਰੀਜ਼ਨ ਸੀ ਫਸਟ BP ਦੇ ਵਿੱਚ ਲਿਖਾਂਗੇ ਕਿਉਂ ਇਹਨਾਂ ਨੂੰ ਅਸੈਪਟ ਕਰਨਾ ਚਾਹੀਦਾ ਬੈਡ ਸਰਕਮਸਟਾਂਸਿਸ ਨੂੰ ਸੈਕਿੰਡ ਦੇ ਵਿੱਚ ਕਿਉਂ ਟਰਾਈ ਕਰਨਾ ਚਾਹੀਦਾ ਉਹਨਾਂ ਨੂੰ ਬੈਟਰ ਕਰਨ ਦੇ ਲਈ ਠੀਕ ਹੈ ਰਜੇ ਦੋਵੇਂ ਡਿਸਕਸ ਕਰਕੇ ਆਫਟਰ ਦੈਟ ਇਨ ਕੰਕਲੂਜ਼ਨ ਆਈ ਓਪਾਈਨ ਦੈਟ ਲਿਖ ਕੇ ਜੋ ਵੀ ਤੁਹਾਡਾ ਤੁਹਾਨੂੰ ਲੱਗਦਾ ਇਹ ਬੈਸਟ ਹੈ ਆਈਡੀਆ ਲਿਖ ਕੇ ਜੋ ਤੁਸੀਂ BP's ਦੇ ਵਿੱਚ ਮੈਂਸ਼ਨ ਕਰ ਚੁੱਕੇ ਹੋ ਉਹੀ ਰੀਜ਼ਨ ਇੱਕ ਤੁਸੀਂ ਸਲਿਊਸ਼ਨ ਦੇ ਵਿੱਚ ਦਿਓਗੇ ਕੰਕਲੂਜ਼ਨ ਦੇ ਵਿੱਚ ਠੀਕ ਹੈ ਇੱਕ ਰੀਜ਼ਨ ਦੇ ਕੇ ਰਜੇ ਪਲੱਸ ਸਲਿਊਸ਼ਨ ਕਿ ਸੋ ਪੀਪਲ ਸ਼ੁੱਡ ਚੇਂਜ ਦੇਅਰ ਸਰਕਮਸਟਾਂਸਿਸ ਜੋ ਵੀ ਤੁਹਾਨੂੰ ਲੱਗਦਾ ਜਿਹਦੇ ਵੱਲ ਵੀ ਤੁਸੀਂ ਸਾਈਡ ਲਿਖ ਰਹੇ ਹੋ ਠੀਕ ਹੈ ਰਜੇ ਇਹ ਸੀ ਸਾਡਾ ਟਾਸਕ 1 ਐਂਡ ਟਾਸਕ 2 ਨਾਓ ਯੂ ਕੈਨ ਸਟਾਰਟ ਯੂਅਰ ਰਾਈਟਿੰਗ ਮਾਡਿਊਲ ਥੈਂਕ ਯੂ